ਆ ਦੇਖ ਲਓ ਅਫਸਰਾਂ ਦੇ ਹਾਲ, ਰੇਡ ਮਾਰਨ ਗਏ ਸੀ ਮੂਹਰੇ ਭੁੱਖ ਲੱਗ ਪਈ, ਛਾਪੇਮਾਰੀ ਕਰਨ ਗਏ GST ਵਿਭਾਗ ਦੇ ਕਰਮਚਾਰੀ। ਜਦੋਂ ਹੋਲਸੇਲ ਦੀ ਦੁਕਾਨ ਕੋਲ ਪਹੁੰਚੇ ਤਾਂ ਉਹਨਾਂ ਨੂੰ ਛਾਪੇਮਾਰੀ ਕਰਨ ਦੌਰਾਨ ਭੁੱਖ ਲੱਗ ਪਈ। ਆਪਣੀ ਡਿਊਟੀ ਨੂੰ ਸਾਈਡ 'ਤੇ ਰੱਖ ਦੁਕਾਨਦਾਰ ਦੇ ਕੋਲੋਂ ਛੋਲੇ ਕੁਲਚੇ ਮੰਗਵਾਏ ਅਤੇ ਆਰਾਮ ਨਾਲ ਬੈਠ ਕੇ ਕੰਮ ਛੱਡ ਕੇ ਛੋਲੇ ਕੁਲਚੇ ਖਾਣ ਲੱਗ ਪਏ। ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਮੀਡੀਆ ਦਾ ਕੈਮਰਾ ਚੱਲ ਰਿਹਾ ਏ। ਕੈਮਰੇ ਦੇ ਵਿੱਚ ਦੇਖੋ, ਇਹ ਮੁਲਾਜ਼ਮ ਬਾਰ ਬਾਰ ਦੇਖ ਰਿਹਾ ਏ, ਪਰ ਇਸ ਨੂੰ ਇਹ ਨਹੀਂ ਪਤਾ ਕਿ ਇਸ ਦੀ ਵੀਡੀਓ ਬਣ ਰਹੀ ਹੈ, ਕਿਉਂਕਿ ਕੰਮ ਦੇ ਦੌਰਾਨ ਕੰਮ ਵਿੱਚ ਛੱਡ ਕੇ ਅੱਧੀ ਰੇਡ, ਜਿੱਦਾਂ ਰੇਡ ਮਾਰਨ ਆਏ ਸੀ ਤਾਂ ਜਿਹੜੀ ਤਫਤੀਸ਼ ਕਰ ਰਹੇ ਸੀ ਉਸ ਨੂੰ ਅੱਧ ਵਿਚਾਲੇ ਛੱਡਿਆ ਅਤੇ ਉਸ ਤੋਂ ਬਾਅਦ ਇਹ ਕੁਲਚੇ ਛੋਲੇ ਖਾਣ ਲੱਗ ਪਏ ਤਾਂ ਅਫਸਰਾਂ ਨੂੰ ਭੁੱਖ ਲੱਗ ਪਈ। ਜਿਸ ਤੋਂ ਬਾਅਦ ਇਹ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਤਾਂ ਦੱਸ ਦਈਏ ਕਿ ਮਾਮਲਾ ਬਟਾਲਾ ਤੋਂ ਸਾਹਮਣੇ ਆ ਰਿਹਾ, ਜਿੱਥੇ ਮਹਾਜਨ ਕਰੋਕਰੀ ਹੋਲਸੇਲ ਦੀ ਦੁਕਾਨ 'ਤੇ GST ਵਿਭਾਗ ਦੀ ਟੀਮ ਵੱਲੋਂ ਅਸਿਸਟੈਂਟ ਕਮਿਸ਼ਨਰ ਦੀ ਅਗਵਾਈ ਦੇ ਵਿੱਚ ਛਾਪੇਮਾਰੀ ਕੀਤੀ ਗਈ। ਤਾਂ ਇਸੇ ਛਾਪੇਮਾਰੀ ਦੌਰਾਨ ਜਿਹੜੇ ਨਾਲ ਦੇ ਅਫਸਰ ਅਤੇ ਮੁਲਾਜ਼ਮ ਸੀ ਉਹ ਥੱਕ ਗਏ, ਤਾਂ ਉਹਨਾਂ ਨੇ ਦੁਕਾਨਦਾਰ ਨੂੰ ਆਰਡਰ ਦਿੱਤਾ ਕਿ ਕੁਲਚੇ ਛੋਲੇ ਮੰਗਵਾਏ ਜਾਣ। ਤਾਂ ਦੁਕਾਨਦਾਰ ਨੇ ਕੁਲਚੇ ਛੋਲੇ ਮੰਗਵਾਏ। ਇਹਨਾਂ ਅਫਸਰਾਂ ਨੇ ਉਸਦੀ ਦੁਕਾਨ 'ਚ ਬਹਿ ਕੇ ਕੰਮ ਨੂੰ, ਆਪਣੀ ਡਿਊਟੀ ਨੂੰ ਸਾਈਡ 'ਤੇ ਰੱਖ ਕੇ ਕੁਲਚੇ ਛੋਲੇ ਖਾਧੇ। ਬਾਅਦ ਦੇ ਵਿੱਚ ਪਈਆਂ ਹੋਈਆਂ ਪਲੇਟਾਂ ਵੀ ਦੇਖ ਸਕਦੇ ਹੋ ਤੁਸੀਂ। ਜਿਵੇਂ ਹੀ ਇਹਨਾਂ ਨੂੰ ਪਤਾ ਚੱਲਿਆ ਕਿ ਕੈਮਰੇ ਦੇ ਵਿੱਚ ਇਹਨਾਂ ਦੀ ਆ ਹਰਕਤ ਕੈਦ ਹੋ ਗਈ ਹੈ, ਤਾਂ ਨਾਲ ਦੀ ਨਾਲ ਇਹਨਾਂ ਨੇ ਕੁਲਚੇ ਛੋਲੇ ਵਿੱਚੇ ਛੱਡ ਦਿੱਤੇ ਅਤੇ ਡਿਊਟੀ ਕਰਨ ਦਾ ਦਿਖਾਵਾ ਕਰਨ ਲੱਗ ਪਏ। ਆਓ ਦੁਕਾਨਦਾਰ ਦੇ ਕੋਲੋਂ ਹੀ ਜਾਣਦੇ ਹਾਂ ਕਿ ਮਾਮਲਾ ਕੀ ਹੈ ਅਤੇ ਤੁਹਾਡਾ ਇਸ ਉੱਪਰ ਕੀ ਕਹਿਣਾ, ਕਮੈਂਟ ਬਾਕਸ ਸਾਨੂੰ ਜ਼ਰੂਰ ਦੱਸਿਓ। ਮੈਂ GST ਡਿਪਾਰਟਮੈਂਟ ਜੀ। ਅੱਛਾ, ਕੀ ਪੋਸਟਿੰਗ? ਸਾਹਿਬ ਉਹਨਾਂ ਨੂੰ ਬੁਲਾ ਲਓ ਆਪਾਂ। ਪੋਸਟਿੰਗ ਦੀ ਪੋਸਟਿੰਗ ਹੀ ਆਪਣੀ ਤੁਹਾਡੀ? ਮੇਰੀ ਕਲਰਕ ਹੈ ਜੀ। ਅੱਛਾ, ਤੇ ਇਹ ਇੱਥੇ ਕੀ ਕਿਸ ਕੰਮ ਲਈ ਆਏ ਹੋ ਦੁਕਾਨ ਤੇ, ਕੀ ਕਰਦੇ ਹੋ? ਸਰ ਇਹ ਚੈਕਿੰਗ ਹੋ ਰਹੀ ਹੈ ਜੀ। ਕਿਸ ਚੀਜ਼ ਦੀ? ਸਟਾਕ ਦੀ। ਅੱਛਾ, ਐਕਸਾਈਜ਼ ਵੱਲੋਂ ਕਿ ਸੇਲ ਟੈਕਸ ਵੱਲੋਂ? ਸੇਲ ਟੈਕਸ ਵੱਲੋਂ। ਠੀਕ ਹੈ, ਤੇ ਤੁਸੀਂ ਕਰ ਲਈ ਸਾਰੀ ਚੈਕਿੰਗ? ਕਰਦੇ ਪਏ ਜੀ। ਅੱਛਾ, ਤੁਸੀਂ ਤਾਂ ਛੋਲੇ ਕੁਲਚੇ ਮੰਗਵਾਏ? ਨਹੀਂ ਜੀ, ਅਸੀਂ ਨਹੀਂ ਕਿਸੇ ਨੂੰ ਕਿਹਾ ਮੰਗਾਉਣ ਵਾਸਤੇ। ਅੱਛਾ, ਤੁਸੀਂ ਖਾਂਦੇ ਪਏ ਸੀ ਨਾ? ਨਹੀਂ ਨਹੀਂ ਸਰ, ਅਸੀਂ ਨਹੀਂ ਖਾਂਦੇ ਪਏ। ਅਸੀਂ ਉਹਨਾਂ ਨੂੰ ਕਿਹਾ ਨਹੀਂ ਸੀ। ਨਹੀਂ ਭਾਜੀ, ਅਸੀਂ ਤਾਂ ਕੰਮ ਕਰਦੇ ਪਏ। ਅੱਛਾ, ਤੁਸੀਂ ਕੰਮ ਕਰਦੇ ਪਏ? ਠੀਕ ਹੈ, ਇਹ ਤੁਹਾਡੇ ਸਾਹਮਣੇ ਲੱਗੇ ਹੋਏ ਜੀ। ਅੱਛਾ, ਮਤਲਬ ਆ ਕਿਸੇ ਹੋਰ ਨੇ ਖਾਂਦੇ ਪਏ? ਸਰ ਅਸੀਂ ਕੰਮ ਕਰ ਰਹੇ ਹਾਂ, ਪਲੀਜ਼ ਇੱਥੇ ਆਇਓ। ਤੁਸੀਂ ਕਿੱਥੇ ਆਇਓ, ਕੀ ਕਰਦੇ ਪਏ ਇੱਥੇ ਆ ਕੇ? ਸੇਲ ਦਾ ਸਰ ਰੇਟ ਹੋਇਆ ਵਾ। ਹਾਂਜੀ। ਅੱਛਾ, ਆਪਣੀ ਜੀ ਮੰਗਾਈ, ਆਪਣੀ ਜੀ ਖਾਈ ਆ? ਕੀ ਖਾਧੀ? ਮੈਂ ਤੁਹਾਨੂੰ ਪੁੱਛਿਆ ਕੁਛ ਨਹੀਂ, ਮੈਂ ਤੁਹਾਨੂੰ ਸਵਾਲ ਕਰਨ ਲੱਗਾ ਵਾ, ਤੁਸੀਂ ਤੇ ਅੱਗੇ ਬੋਲੇ ਲੱਗਦੇ। ਨਹੀਂ ਨਹੀਂ, ਧਰਮਪਾਲ ਜੀ ਕਿੱਥੇ ਆਏ ਹੋ ਤੇ ਕਾਹਦੀ ਰੇਟ ਆ? ਸੇਲ ਦਾ ਸੀ ਰੇਟ ਆ ਕਿੱਥੇ? ਹਾਂਜੀ, ਕਿੱਥੇ? ਮਾਈ ਦੀ ਦੁਕਾਨ ਤੇ। ਅੱਛਾ, ਕਾਹਦੀ ਦੁਕਾਨ ਆ? ਹਾਂਜੀ, ਕਾਹਦੀ ਦੁਕਾਨ? ਪਲਾਸਟਿਕ ਦੁਕਾਨ ਆ। ਠੀਕ ਆ, ਹਾਂਜੀ। ਅੱਛਾ, ਤੇ ਰੇਟ ਦੇ ਔਨ ਡਿਊਟੀ ਤੁਸੀਂ ਕੁਲਚੇ ਛੋਲੇ ਖਾਣ ਦੇ ਬਾਹਰ ਬੈਠੇ? ਉਹ ਆਪਣੇ ਖਾਣ ਦੇ ਆ। ਆਪਣੇ ਵੀ ਖਾਂਦੇ ਹੋ? ਹਾਂਜੀ। ਤੁਸੀਂ ਰੇਟ ਕਰਨ ਆਏ ਕਿ ਕੁਲਚੇ ਛੋਲੇ ਖਾਣ ਆਏ? ਨਹੀਂ, ਉਹ ਆਪਣੇ ਮਰਕੇ ਖਾਣ ਦੇ ਆ, ਅਸੀਂ ਇਹ ਥੋੜਾ ਕਿ ਮਲਕੇ ਕਿਸੇ ਦੇ ਖਾਣ ਦੇ ਆ। ਨਹੀਂ ਨਹੀਂ, ਮੈਂ ਉਹ ਪੁੱਛਣ ਆ ਵੀ ਰੇਟ ਕਰਨ ਆਏ ਔਨ ਡਿਊਟੀ, ਤੁਸੀਂ ਰੇਟ ਕਰਨ ਆਏ ਕਿ ਕੁਲਚੇ ਛੋਲੇ ਖਾਣ ਆਏ? ਇਹ ਰੇਟ ਕਰਨਾ ਮਰਕੇ ਜੇ ਭੁੱਖ ਲੱਗੇ ਤਾਂ ਆਪਾਂ ਕੁਝ ਖਾ ਸਕਦੇ ਆ। ਅੱਛਾ, ਠੀਕ ਆ। ਹਾਂਜੀ, ਰੇਟ ਕਰ ਲਈ ਆ? ਰੇਟ ਹੋਣ ਦੀ ਆ। ਅੱਛਾ, ਕੀ ਕੋਈ ਲੱਭਾ ਜੇ? ਦੇਖਣ ਡੇ ਸਭ ਕੁਝ, ਉਹ ਵੀ ਹੈਗਾ ਵਾ, ਚੈੱਕ ਕਰਨ ਡੇ ਆ। ਹਾਂਜੀ, ਕੀ ਚੈੱਕ ਕਰਦੇ ਪਏ ਹੋ? ਜੋ ਸਮਾਨ ਦਾ ਚੈੱਕ ਕਰਨ ਡੇ ਆ। ਹਾਂਜੀ। ਅੱਛਾ, ਹੋਰ ਉਹ ਤੇ ਲਿਖਣਗੇ, ਰੇਟ ਲਿਖਣਗੇ ਕੀ ਆ ਕੀ ਆ। ਅੱਛਾ, ਹਾਂਜੀ। ਔਨ ਡਿਊਟੀ ਤੁਸੀਂ ਮਤਲਬ ਰੇਟ ਵੇਲੇ ਕੁਲਚੇ ਛੋਲੇ ਖਾ ਸਕਦੇ ਹੋ, ਠੰਡੇ ਠੰਡੇ ਪੀ ਸਕਦੇ ਹੋ, ਚਾਹ ਚੂ ਪੀ ਸਕਦੇ ਹੋ, ਹਨਾ?
ਨਹੀਂ ਉਹ ਤੇ ਆਪਣਾ ਵਾ ਜੀ, ਅਸੀਂ ਜੋ ਮਰਜ਼ੀ ਖਾ ਸਕਦੇ ਹਾਂ। ਜ਼ਰੂਰੀ ਜਿੱਥੇ ਰੇਟ ਕਰਨੀ ਉੱਥੇ ਬਹਿ ਕੇ ਖਾਣਾ ਵਾ, ਨਹੀਂ ਜ਼ਰੂਰੀ ਥੋੜਾ ਮਤਲਬ ਕਿ ਉੱਥੇ ਬਹਿ ਖਾਣੇ ਆ, ਇਹ ਜ਼ਰੂਰੀ ਹੁੰਦਾ ਰੇਟ ਕਰਨੀ ਉੱਥੇ ਬਹਿ ਕੇ ਖਾਣੇ ਕੋਲ ਜੀ। ਨਹੀਂ ਇਹ ਤੇ ਆਪਣਾ ਵਾ, ਅਸੀਂ ਆਪਣੀ ਮਤਲਬ ਖਾਵਾਂਗੇ ਚੀਜ਼, ਉਹ ਤੇ ਮਤਲਬ ਕਿ ਜਿੱਦਾਂ ਮਰਜ਼ੀ ਖਾਈਏ, ਉਹਦੀ ਕੋਈ ਦਿੱਕਤ ਨਹੀਂ। ਜਿਮ ਜੀ ਕਿਸ ਪੋਸਟਿੰਗ ਤੋਂ, ਕਿਹੜੇ ਮਹਿਕਮੇ ਚੋਂ? ਜੀ ਐਸ ਟੀ ਡਿਪਾਰਟਮੈਂਟ ਚ ਅਸੀਂ। ਅੱਛਾ, ਪੋਸਟਿੰਗ ਕੀ ਆਪਣੀ? ਜੂਨੀਅਰ ਸਟਰਨ। ਕੁਛ ਨੀ ਖਾ ਰਹੇ ਅਸੀਂ, ਸਾਨੂੰ ਕੁਛ ਨੀ, ਅਸੀਂ ਆਪਣੇ ਵੇਖੋ ਵੇਖੋ ਭਾਜੀ, ਜੇ ਕੋਈ ਪਾਣੀ ਦਾ ਗਲਾਸ ਕਿਸੇ ਨੂੰ ਪਿਲਾ ਦਿੰਦਾ ਕੋਈ ਗਲਤ ਹੋ ਗਿਆ, ਅਸੀਂ ਉਹਦੇ ਚ ਕੁਛ ਨੀ ਖਾ ਰਹੇ, ਅਸੀਂ ਨਾ ਇਹਨਾਂ ਨੂੰ ਕੁਛ ਕਿਹਾ ਸੀ, ਆਪਣੇ ਕੰਮ ਨਾਲ ਮਤਲਬ ਰੱਖ ਲਿਆ, ਸਾਡਾ ਕੰਮ ਸਵੇਰ ਦੇ ਸਟਾਕ, ਸਾਡਾ ਸਟਾਕ ਅਸੀਂ ਚੈੱਕ ਕਰ ਰਹੇ, ਹੋਰ ਅਸੀਂ ਕੁਛ ਨੀ। ਤੁਸੀਂ ਜੋ ਸਾਡੀ ਜਿਹਨਾਂ ਦਾ ਤੁਸੀਂ ਸਟਾਕ ਚੈੱਕ ਕਰਨ ਆਏ ਹੋ, ਉਹਨਾਂ ਨੂੰ ਤੁਸੀਂ ਚਾਹ ਪਾਣੀ ਪੀ ਸਕਦੇ ਹੋ? ਯਾਰ ਘਰ ਆਏ ਮਹਿਮਾਨ ਨੂੰ ਤਾਂ ਕੋਈ ਚਾਹ ਪਾਣੀ ਦਾ ਗਲਾਸ ਤੇ ਪਿਲਾ ਹੀ ਸਕਦੇ, ਤੁਹਾਨੂੰ ਨੀ, ਤੁਸੀਂ ਆਇਓ ਤੁਹਾਨੂੰ ਪਾਣੀ ਦਾ ਗਲਾਸ ਅਸੀਂ ਪਿਆ ਸਕਦੇ, ਅਸੀਂ ਕਿਉਂ ਖਾ ਸਕਦੇ? ਸਾਨੂੰ ਜੇ ਉਹਨਾਂ ਨੇ ਗਲਤ, ਅਸੀਂ ਕੁਛ ਨੀ ਕਹਿ ਸਕਦੇ, ਨਹੀਂ ਖਾ ਸਕਦੇ ਭਾਜੀ, ਅਸੀਂ ਕੁਛ ਨੀ ਖਾਧਾ, ਇਹ ਤੇ ਨਾ ਲਿਆ ਕੇ ਰੱਖੇ, ਅਸੀਂ ਅਜੇ ਤੇ ਲਿਆ ਹੀ ਨੀ ਕੁਛ ਵੀ। ਅਸਿਸਟੈਂਟ ਕਮਿਸ਼ਨਰ ਸਟੇਟ ਐਕਸ ਸਰ, ਇੱਥੇ ਆਏ ਹੋ ਕਿਸ ਮਕਸਦ ਨਾਲ ਆਏ? ਇੱਥੇ ਸਾਨੂੰ ਅੱਜ ਆਰਡਰ ਪਰਮਿਸ਼ਨ ਪ੍ਰਾਪਤ ਹੋਈ ਹੈ ਇਸ ਦੁਕਾਨ ਦੀ ਸਟਾਕ ਟੇਕਿੰਗ ਤੇ ਵੇਰੀਫਿਕੇਸ਼ਨ ਕਰਨ ਦੇ ਲਈ। ਜੀ, ਤੇ ਕੀ ਕੁਛ ਵੇਰੀਫਿਕੇਸ਼ਨ ਹੋਈ? ਫਿਲਹਾਲ ਤਾਂ ਕੁਛ ਕਾਗਜ਼ਾਤ ਕਨਫੈਸਟੀਗੇਟ ਕੀਤੇ ਆ, ਸੀਜ਼ ਕੀਤੇ ਆ, ਤੇ ਹੁਣ ਸਾਡੇ ਜਿਹੜੇ ਸਟਾਫ ਆ ਉਹ ਸਟਾਕ ਟੇਕਿੰਗ ਕਰ ਰਿਹਾ ਜੀ। ਲੱਗਦਾ ਕੋਈ ਟੈਕਸ ਦੀ ਚੋਰੀ ਹੋ ਸਕਦੀ ਹੈ? ਜੀ, ਪੂਰੀ ਸੰਭਾਵਨਾ ਹੈ, ਕੁਆਂਟੀਟੀ ਤਾਂ ਨਹੀਂ ਦੱਸ ਸਕਦੇ, ਬਟ ਇਹ ਵੀ ਸੰਭਾਵਨਾ ਹੈ ਜੀ, ਅੰਦਾਜ਼ਾ ਲਗਾ ਕੇ ਚੱਲੀਏ ਤਾਂ ਲੱਖਾਂ ਦੀ ਹੋ ਸਕਦੀ ਹੈ। ਜੀ ਜੀ ਜੀ, ਬਿਲਕੁਲ, ਇਨ ਲੈਕਸ ਹੋ ਸਕਦੀ ਹੈ। ਔਨ ਡਿਊਟੀ ਤੁਹਾਡੇ ਜਿਹੜੇ ਨਾਲ ਹੈਗੇ ਨੇ ਆਏ ਹੋਏ? ਜੀ ਜੀ ਜੀ, ਉਹ ਉਸੇ ਦੁਕਾਨ 'ਚ ਜਿੱਥੇ ਰੇਡ ਕਰ ਰਹੇ ਉੱਥੇ ਹੀ ਛੋਲੇ ਭੂਰੇ ਖਾਈ ਜਾਂਦੇ ਉਹਨਾਂ ਕੋਲ? ਲੈ ਜਾਇਜ਼ ਕਿੰਨਾ ਕੁ? ਦੇਖੋ, ਜਾਇਜ਼ ਕੁਛ ਹੱਦ ਤੱਕ ਜਾਇਜ਼ ਵੀ ਆ, ਤਾਂ ਨਜਾਇਜ਼ ਵੀ ਕਹਿ ਸਕਦੇ, ਪਰ ਇਹ ਵੀ ਚਲੋ ਡਿਊਟੀ ਦੌਰਾਨ ਹਰੇਕ ਨੂੰ ਤਾਂ ਹੁੰਦਾ ਹੀ ਹੈ ਜੀ, ਜੇ ਕੁਛ ਚਾਹ ਚੂ ਪੀ ਲਈਏ, ਕੁਛ ਰਿਫਰੈਸ਼ਮੈਂਟ ਹੋ ਜਾਵੇ, ਪਰ ਡਿਊਟੀ ਪ੍ਰਾਇੋਰਟੀ ਹੈ, ਬਾਕੀ ਕੰਮ ਬਾਅਦ ਵਿੱਚ ਹੈ। ਜਿੱਥੇ ਰੇਡ ਕੀਤੀ ਉਹਦੇ ਕੋਈ ਚਾਹ ਪੀਣੀ ਜਾਂ ਛੋਲੇ ਭੂਰੇ ਖਾਣੇ ਕਿ? ਚਲੋ ਉਹਨਾਂ ਦੇਖੋ ਆਓ ਵਕਤ ਕਰਨੀ ਤਾਂ ਚਲੋ ਮੰਨਦੀ ਹੈ ਜੋ ਵੀ ਆ, ਬਟ ਆਪਾਂ ਐਕਸਪੈਕਟ ਨਹੀਂ ਕਰ ਸਕਦੇ ਵੀ ਹਰੇਕ ਵਾਰ ਇੱਦਾਂ ਹੋਵੇ, ਬਾਕੀ ਦੇਖੋ ਇੰਡੀਵਿਜੂਅਲ ਰਿਸਪੋਂਸੀਬਿਲਟੀ ਹੁੰਦੀ ਹੈ, ਹੁਣ ਇਹ ਤਾਂ ਹੈ ਹੀ ਹੈ। ਸਰ ਤੁਸੀਂ ਵੀ ਗੋਲ ਗੋਲ ਜਵਾਬ ਦੇ ਰਹੇ ਹੋ, ਪਤਾ ਤੁਹਾਨੂੰ ਵੀ ਹੈ ਵੀ ਬਿਲਕੁਲ ਗਲਤ ਹੈ, ਸਾਰਾ ਸਟਾਫ ਹੀ ਖਾ ਰਿਹਾ ਤੁਹਾਡੇ ਗਰਮੀਆਂ ਸਾਰੇ। ਤੁਸੀਂ ਰੇਡ ਕਰਨ ਆਏ ਹੋ, ਜਿਹੜੀ ਦੁਕਾਨ ਤੇ ਤੁਸੀਂ ਰੇਡ ਕਰਨ ਆਏ ਹੋ ਉਹਨਾਂ ਕੋਲ ਤੁਸੀਂ ਖਾਂਦੇ ਪਏ, ਤੁਹਾਡੇ ਸਟਾਫ ਦੇ ਮੈਂਬਰ ਸਾਰੇ। ਚਲੋ ਦੇਖੋ, ਇਹਦੀ ਇੰਡੀਵਿਜੂਅਲ ਰਿਸਪੋਂਸੀਬਿਲਟੀ ਹੁੰਦੀ ਆ, ਹੁਣ ਹਰੇਕ ਨੂੰ ਸਮਝਣਾ ਚਾਹੀਦਾ ਜੀ ਕਿ ਕੰਮ ਕਿਹੜਾ ਜਿਹੜਾ ਪ੍ਰਾਇੋਰਟਾਈਜ਼ ਕਰਨਾ ਆਪਾਂ, ਕਿਹੜਾ ਟੌਪ ਪ੍ਰਾਇੋਰਟੀ ਆ। ਹੁਣ ਹਰੇਕ ਕੋਈ ਸਟਾਫ ਮੈਂਬਰ ਨਹੀਂ ਖਾਂਦਾ, ਦੇਖੋ ਕੁਛ ਤੁਹਾਡੇ ਸਟਾਫ ਮੈਂਬਰ ਨਹੀਂ ਵੀ ਹੋ ਸਕਦੇ, ਜਿੱਦਾਂ ਮੈਂ ਜਾਂ ਕੋਈ ਹੋਰ ਵੀ ਹੋ ਸਕਦਾ। ਜਿਨ੍ਹਾਂ ਨੇ ਖਾਧਾ ਉਹਨਾਂ ਤੇ ਕਾਰਵਾਈ ਹੋਏਗੀ? ਨਹੀਂ, ਕੋਈ ਇਸ ਤਰ੍ਹਾਂ ਦੀ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ, ਬਟ ਚਲੋ ਇਹ ਜਿਹੜੇ ਮਤਲਬ ਡਿਊਟੀ ਸਟਾਕ ਨਹੀਂ ਲੈ ਰਹੇ, ਅਗਰ ਉਹ ਰਿਫਰੈਸ਼ਮੈਂਟ ਆਪਣੀ ਕਰ ਲੈਂਦੇ ਕੋਈ ਹਰਜ ਨਹੀਂ, ਬਟ ਜਿਹੜੀ ਡਿਊਟੀ ਤੇ ਲੱਗੀ ਉਹਨਾਂ ਨੂੰ ਨਹੀਂ ਕਰਨੀ।